स्टडी इन यूके यूके पढ़न जान वालियां लई आज मैं एक बार फिर यूके दी इनफॉरमेशन लैके तुहाडे सामने हाजिर हाँ। मैं प्रोफेसर रोहित गुप्ता, डायरेक्टर ऑफ स्पेक्ट्रम ओवरसीज जलंधर। जिवें कि तुसी जानदे ही हो, वख-वख चैनलां च या न्यूज़पेपर दे विच तुसी सुनिया होएगा, यूके ने स्टडी वीज़ाज ओपन कर दित्ते ने इंडियनज लई। ये बिल्कुल सच है, तुसी यूके दे विच पढ़न जाना चाहते हो तो ये बिल्कुल सही मौका है, सही टाइम है, तुसी अप्लाई कर सकते हो। जनवरी 2020 दियां एडमिशन्स ओपन ने, यूके दियां गवर्नमेंट यूनिवर्सिटीज़ दे विच आपां एडमिशन करवा रहे हाँ। लंदन, बर्मिंगम या वॉलवरहैम्पटन या किसी भी यूनिवर्सिटी, किसी भी जगह पर तुसी जाना होवे, तुसी साडे नाल कॉन्टैक्ट कर सकते हो। यूके दे बारे थोड़ी होर इनफॉर्मेशन मैं तुहानू देना चाहना हाँ। यूके विच ओ वाले स्टूडेंट भी अप्लाई कर सकते हैं जिन्होंने आइल्स नहीं किया होया, प्लस टू पास आउट वाले स्टूडेंट जिन्हों का प्लस टू तो बाद 3 या 4 साल का गैप है, उन्हों का वीज़ा भी असी एक स्ट्रोंग SOP लिख के, एक वधिया केस प्रजेंट करके आपां वीज़े लै रहे हाँ। तुहाडे को जे पुराने फंड नहीं हैगे तां वी तुहानू चिंता करन दी कोई लोड़ नहीं, तुसी साडे जलंधर ऑफिस आके मिलो। ग्रैजुएशन तो बाद जे तुसी ग्रैजुएशन पास आउट हो तो यूके विच मास्टर डिग्री करन लई जा सकदे हो, और ग्रैजुएशन तो बाद 5 या 6 सालां दा गैप भी असैप्टेबल है। तुसी एक होर गल इत्थे मैं हाईलाइट करना चाहवांगा, तुसी अज देख रहे हो अलग अलग एड्स चलदियां होईयां TV ते, फीस आफ्टर वीज़ा दे नाम ते, यूके दी फीस आफ्टर वीज़ा दे नाम ते पंजाबी स्टूडेंट्स कोलों एजेंट मोटी कमाई कर रहे ने या उन्हां नाल ठगी कर रहे ने। तुहानू एहो जिहे गलत एडवरटीजमेंट्स दे झांसियां विच नहीं आना चाहीदा। यूके विच 3 महीनियां दी फीस तुसी वीज़ा तो पहले पे करके बहुत ही घट पैसों विच यूके जा सकते हो। अज आपां बैठे हाँ पवन कुमार ना, जिन्हां दा हुने हुने यूके दा स्टडी वीज़ा लगा है। एदा पहले काफ़ी बार वीज़ा रिफ्यूज़ भी हो चुका सी, तां वी एक रिफ्यूज़्ड केस दा भी आपां हुने हुने वीज़ा लिता है। सिर्फ 2 दिनां विच इहनां दा वीज़ा साडे को आ गया है। पवन, साडियां सर्विसिज़ बारे तुहानू कुछ कहना चाहणगे, प्लीज़ पवन। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਪਵਨ, ਪਿੰਡ ਗੁੜੇ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਰਹਿਣ ਦਾ ਵਾਸੀ ਹਾਂ। ਰੀਸੈਂਟਲੀ ਮੈਂ 2018 'ਚ ਆਪਣੀ ਪਲੱਸ ਟੂ ਪਾਸ ਆਊਟ ਕੀਤੀ ਹੈ ਨੋਨ ਮੈਡੀਕਲ ਸਟਰੀਮ 'ਚ। ਉਸ ਤੋਂ ਬਾਅਦ ਮੈਂ ਆਇਲਸ ਕੀਤੀ, ਫਿਰ ਮੈਂ 6th band ਲੈ ਕੇ ਫਿਰ ਮੈਂ ਆਪਣੇ ਜਲੰਧਰ ਸ਼ਹਿਰ 'ਚ ਕਾਫੀ ਏਜੰਟਸ ਕੋਲ ਗਿਆ, ਕਾਫੀ ਕੰਸਲਟੈਂਟਸ ਕੋਲ ਗਿਆ, ਅਤੇ ਮੈਨੂੰ ਕਿਸੇ ਨੇ ਵੀ ਸੈਟਿਸਫਾਈ ਨਹੀਂ ਕੀਤਾ, ਅਤੇ ਯਾਨੀ ਕਿ ਮੇਰੀ ਫਾਈਲ ਹੋਰ ਖਰਾਬ ਕਰ ਦਿੱਤੀ। ਫਿਰ ਮੈਂ ਆਪਣੇ ਨੌਨ ਦੇ ਜ਼ਰੀਏ ਇੱਥੇ ਰੋਹਿਤ ਸਰ ਕੋਲ ਸਪੈਕਟਰਮ ਓਵਰਸੀਜ਼ ਆਇਆ, ਅਤੇ ਇਹਨਾਂ ਨੇ ਮੇਰੀ ਬਹੁਤ ਵਧੀਆ ਤਰੀਕੇ ਨਾਲ ਗੱਲ ਸੁਣੀ ਅਤੇ ਅੰਡਰਸਟੈਂਡ ਕੀਤੀ, ਅਤੇ ਹੁਣ ਇਹਨਾਂ ਨੇ ਮੈਨੂੰ 2 ਦਿਨਾਂ ਵਿੱਚ ਯੂਨੀਵਰਸਿਟੀ ਆਫ ਵੋਲਵਰਹੈਂਪਟਨ ਇੰਗਲੈਂਡ ਦਾ ਵੀਜ਼ਾ ਲੈ ਕੇ ਦਿੱਤਾ, ਜੋ ਕਿ ਬਹੁਤ ਵਧੀਆ ਗੱਲ ਹੈ ਮੇਰੇ ਲਈ, ਬਿਕੋਜ਼ ਮੇਰਾ ਹੋਰ ਕਿਸੇ ਜਗ੍ਹਾ ਦਾ ਨਹੀਂ ਬਣ ਰਿਹਾ ਸੀ। ਇਸ ਵਿੱਚ ਇੱਕ ਹੋਰ ਮੈਨੂੰ ਫੈਸਿਲਿਟੀ ਮਿਲੀ ਕਿ ਜਿਸ ਤਰੀਕੇ ਨਾਲ ਕੈਨੇਡਾ 14 ਜਾਂ 15 ਲੱਖ ਆਪਣੇ ਲੱਗਦੇ ਆ ਵੀਜ਼ੇ ਲਈ, ਪਰ ਇਹਦੇ ਵਿੱਚ ਸਾਰਾ ਖਰਚਾ ਮੇਰਾ 7-8 ਲੱਖ ਦਾ ਹੋਇਆ ਹੈ, ਉਹ ਵੀ ਵਿੱਚ ਸ਼ਾਇਦ ਥੋੜ੍ਹਾ ਹੀ ਹੋਵੇ ਕਿਉਂਕਿ 6 ਮਹੀਨੇ ਦੀ ਫੀਸ ਕਹੀ ਗਈ ਸੀ, ਬਟ ਯੂਨੀਵਰਸਿਟੀ ਨੇ ਸਾਡੇ ਕੋਲ 3 ਮਹੀਨੇ ਦੀ ਐਟ ਏ ਪੁਆਇੰਟ 'ਤੇ ਫੀਸ ਲਈ ਹੈ। ਉਸ ਤੋਂ ਬਾਅਦ ਉਹਨਾਂ ਨੇ ਸਾਡੇ ਡਾਕੂਮੈਂਟਸ ਚੈੱਕ ਕੀਤੇ, ਫੰਡ ਵਗੈਰਾ ਚੈੱਕ ਕੀਤੇ, ਅਤੇ ਉਸ ਤੋਂ ਬਾਅਦ ਸਾਡਾ ਵੀਜ਼ਾ ਲਗਵਾ ਦਿੱਤਾ। ਇਸ ਵਿੱਚ ਰੋਹਿਤ ਸਰ ਦੀ ਬਹੁਤ ਵੱਡੀ ਯੋਗਦਾਨ ਹੈ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ 2 ਦਿਨਾਂ ਵਿੱਚ ਵੀਜ਼ਾ ਲੈ ਕੇ ਦੇ ਦਿੱਤਾ। ਹੋਰ ਗੱਲ ਪਵਨ, ਦੱਸੋ ਕਲਾਇੰਟਸ ਨੂੰ ਕਿ ਤੁਹਾਡੀ ਇਸ ਦੌਰਾਨ ਕੋਈ ਐਮਬੈਸੀ ਤੋਂ ਜਾਂ ਯੂਨੀਵਰਸਿਟੀ ਤੋਂ ਇੰਟਰਵਿਊ ਆਈ ਨੇ? ਇੱਕ ਮੇਰਾ ਪਲੱਸ ਪੁਆਇੰਟ ਬਣਿਆ ਕਿ ਸਰ ਦੇ ਜ਼ਰੀਏ ਮੇਰੀ ਨਾ ਅੰਬੈਸੀ 'ਚ ਕੋਈ ਇੰਟਰਵਿਊ ਹੋਈ, ਨਾ ਮੇਰੀ ਯੂਨੀਵਰਸਿਟੀ ਵਾਲਿਆਂ ਨੇ ਕੋਈ ਸਕਾਈਪ ਇੰਟਰਵਿਊ ਲਈ, ਸਮਟਾਈਮਸ ਲੈ ਲੈਂਦੇ ਆ, ਪਰ ਸਰ ਦੀ ਵਜ੍ਹਾ ਨਾਲ ਮੇਰੀ ਸਕਾਈਪ ਇੰਟਰਵਿਊ ਨਹੀਂ ਹੋਈ ਕਿਉਂਕਿ ਸਰ ਨੇ ਬਹੁਤ ਵਧੀਆ ਤਰੀਕੇ ਨਾਲ ਡੀਲ ਕੀਤਾ। ਅਤੇ ਮੈਂ ਸਾਰੇ ਆਪਣੇ ਯਾਰਾਂ ਮਿੱਤਰਾਂ ਨੂੰ, ਸਾਰੇ ਦੋਸਤਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਨੇ ਵੀ ਆਪਣਾ ਯੂਕੇ ਦਾ ਜਾਂ ਹੋਰ ਵੀ ਕਿਸੇ ਦੇਸ਼ ਦਾ ਵੀਜ਼ਾ ਲਗਵਾਉਣਾ ਹੋਵੇ ਤਾਂ ਰੋਹਿਤ ਸਰ ਨੂੰ ਆ ਕੇ ਸਪੈਕਟਰਮ ਓਵਰਸੀਜ਼ ਮਿਲੋ, ਡਿਫੈਂਸ ਕਲੋਨੀ 'ਚ ਇਹਨਾਂ ਦੀ
ਯੂਕੇ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜੇ ਤੁਸੀਂ ਵਿਦਆਊਟ ਸਕਾਈਪ ਇੰਟਰਵਿਊ ਆਫਰ ਲੈਟਰ ਜਾਂ ਕੈਸ਼ ਲੈਟਰ ਲੈਣਾ ਚਾਹੁੰਦੇ ਹੋ ਤੁਸੀਂ ਸਾਡੇ ਜਲੰਧਰ ਆਫਿਸ ਆ ਕੇ ਮਿਲ ਸਕਦੇ ਹੋ। ਯੂਕੇ ਦੇ ਨਾਲ ਨਾਲ ਯੂਰਪ ਦੇ ਹੋਰ ਕੰਟਰੀ ਜਿਵੇਂ ਲਾਟਵੀਆ, ਮਾਲਟਾ, ਹੰਗਰੀ ਜਾਂ ਫਰਾਂਸ ਦੇ ਵਿੱਚ ਜਾਂ ਜਰਮਨੀ ਦੇ ਵਿੱਚ ਜਾਂ ਸਵੀਡਨ ਦੇ ਵਿੱਚ ਸਪਾਊਸ ਕੇਸਿਸ ਲਗਵਾਉਣਾ ਚਾਹੁੰਦੇ ਹੋ ਤਾਂ ਸਪੈਕਟ੍ਰਮ ਓਵਰਸੀਜ਼ ਦੇ ਡਿਫੈਂਸ ਕਲੋਨੀ ਆਫਿਸ ਆ ਕੇ ਜ਼ਰੂਰ ਮਿਲੋ। ਮੇਰਾ ਨੰਬਰ ਹੈ 9855985855। ਇੱਕ ਹੋਰ ਗੱਲ, ਇਹਨਾਂ ਦੇ ਮਦਰ ਵੀ ਸਾਡੇ ਨਾਲ ਨੇ ਅਤੇ ਤੁਸੀਂ ਵੀ ਜੇ ਕੁਛ ਕਹਿਣਾ ਚਾਹੋਗੇ ਸਾਡੇ ਵਿਊਅਰਸ ਨੂੰ। ਅਸੀਂ ਤਾਂ ਇਹੀ ਧੰਨਵਾਦ ਕਰਨਾ ਚਾਹੁੰਦੇ ਹਾਂ ਵੀ ਬਹੁਤ ਵਧੀਆ ਤੁਸੀਂ ਜਿਹੜਾ ਸਾਨੂੰ ਜਲਦ ਤੋਂ ਜਲਦ ਸਹੀ ਹੈ। ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ।